ਲੋ ਜੀ ਦੋਸਤੋ ਸਵਾਗਤ ਹੈ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਜੀ ਆਇਆਂ ਨੂੰ ਵੈਲਕਮ ਸਤਿ ਸ੍ਰੀ ਅਕਾਲ ਦੋਸਤੋ ਅੱਜ ਲਾਇਆ ਜੀ ਬਰਸਨ ਨੂੰ ਪਹਿਲਾ ਪਾਣੀ ਤੇ ਇਹ ਬਰਸਨ ਆ ਪਹਿਲਾਂ ਵੀ ਵੀਡੀਓ ਸਾਂਝੀਆਂ ਕੀਤੀਆਂ ਸੀ ਕਿਤੇ ਕਿਤੇ ਵੀਰ ਲਾਗਾ ਵਾ ਪਰ ਅੱਜ ਪਹਿਲਾ ਪਾਣੀ ਲਾ ਕੇ ਤੇ ਫਿਰ ਇਹਨੂੰ ਖਾਦ ਪਾਵਾਂਗੇ ਤੇ ਫਿਰ ਬੱਤਰਾ ਉਨਤੇ ਇਹਨੂੰ ਹੱਥ ਲਾਵਾਂਗੇ ਤੇ ਫਿਰ ਆਪਣੀ ਮੱਝਾਂ ਨੂੰ ਪਾਵਾਂਗੇ ਤੇ ਇਸ ਤੋਂ ਪਹਿਲਾਂ ਅਸੀਂ ਤੋੜੀਆਂ ਵੀ ਜੀ ਅਸੀਂ ਉਹ ਤੁਸੀਂ ਦੇਖ ਸਕਦੇ ਹੋ ਤੇ ਉਤੋਂ ਅਜੇ ਟਾਈਮ ਟੱਪੀ ਜਾਂਦਾ ਵਾ ਤੇ ਇਹ ਵਰਸਨ ਦੇ ਕਈ ਫਾਇਦੇ ਨੇ ਤਾਂ ਕਿਉਂਕਿ ਇਹ ਡੰਗੜ ਮਈਆਂ ਪਸ਼ੂ ਜਾਨੀ ਕਿ ਖੁਸ਼ ਹੋਣ ਕੇ ਖਾਣਗੇ ਤੇ ਖਾਣਗੇ ਤੇ ਦੁੱਧ ਦੇਣਗੇ ਤੇ ਦੁੱਧ ਘਰਚ ਆਵੇਗਾ ਖਰਚਾ ਪਾਣੀ ਚੱਲੇਗਾ ਜੋ ਕਿ ਦੁੱਧ ਵੇਚ ਕੇ ਆਵੇਗਾ ਤੇ ਦੁੱਧ ਤੋਂ ਹੋਰ ਵੀਰ ਪੜਾ ਵੀ ਆਪਣਾ ਟਾਈਮ ਟਪਾਉਣਗੇ ਤੇ ਤੁਹਾਨੂੰ ਜਿਵੇਂ ਪਤਾ ਹੀ ਹੈ ਦੁੱਧ ਤੋਂ ਕਈ ਚੀਜ਼ਾਂ ਤਿਆਰ ਹੁੰਦੀਆਂ ਨੇ ਜਿਵੇਂ ਕਿ ਘਿਓ ਮੱਖਣ ਲੱਸੀ ਤੇ ਦਹੀਂ ਵੀ ਤਿਆਰ ਹੋਏਗਾ ਸੋ ਇਹ ਇੱਕ ਕੰਮ ਕੀਤਾ ਵਾ ਤੇ ਤੁਸੀਂ ਦੇਖ ਸਕਦੇ ਹੋ ਇੱਕ ਕੰਮ ਤੋਂ ਕਿੰਨੇ ਕੰਮ ਤੁਰਦੇ ਨੇ ਤੇ ਮੈਂ ਪਹਿਲਾਂ ਵੀ ਕਈ ਵੀਡੀਓ ਸਾਂਝੀਆਂ ਕੀਤੀਆਂਗੇ ਆਪਾਂ ਖੇਤੀ ਵੀ ਕਰਦੇ ਆਂ ਕਣਕ ਛੋਣ ਦੀ ਤੇ ਨਾਲ ਇੱਕ ਸਹਾਇਕ ਕੀਤਾ ਡੰਗਰ ਰੱਖੇ ਨੇ ਮਈਆਂ ਇਹਦੇ ਜੋਗੇ ਤੇ ਉਹ ਵੀ ਕੰਮ ਕਰੀਦਾ ਵਾ ਦੁੱਧ ਵੀ ਪਾਲੀਦਾ ਸੋ ਬਈ ਫਾਇਦੇ ਨੇ ਤੇ 30 ਕਿਲਿਆਂ ਦੇ ਵਿੱਚ ਅਸੀਂ ਖੇਤੀ ਕਰਦੇ ਆਂ ਤੇ 2 ਕਿੱਲੇ ਪਸ਼ੂਆਂ ਵਾਸਤੇ ਪਠੇ ਬੀਜ ਦੇ ਦਿੰਦੇ ਆਂ ਤਾਂ ਕਿ ਹਰਾ ਚਾਰਾ ਹੋ ਕੇ ਪਸ਼ੂ ਖੋਸੋ ਕੇ ਖਾਂਦੇ ਨੇ ਕਿਉਂਕਿ ਮੇਨ ਖਰਾਕ ਹੀ ਇਹਨਾਂ ਦੀ ਫੂਡ ਦੀ ਇਹੋ ਹੀ ਹੈ ਹਰਾ ਚਾਰਾ ਕਲ ਡੰਗਰ ਖਾਂਦੇ ਨਾਲ ਹੋਰ ਕਈ ਮਤਲਬ ਸਰਕਲ ਵਾਂਗੂ ਇਹ ਕੰਮ ਕਰਦੇ ਨੇ ਜਿਵੇਂ ਕਿ ਪਹਿਲਾਂ ਦੱਸ ਹੀ ਚੁੱਕਾ ਕਿ ਬਰਸਮ ਬੀਜਾਂ ਦੇ ਨਾਲ ਡੰਗਰ ਖਾਣਗੇ ਦੁੱਧ ਦੇਣਗੇ ਤੇ ਕਿਵੇਂ ਸਰਕਲ ਚੱਲੇਗਾ ਪਰ ਜੋ ਇਹਨਾਂ ਦਾ ਗੋਵਾ ਹੋਏਗਾ ਜਾਨਕੀ ਸਾਡੇ ਕੋ 24 ਤੋਂ 25 ਟਰਾਲੀਆਂ ਹਰ 6 ਮਹੀਨੇ ਬਾਅਦ ਗੋਏ ਦੀ ਇਕੱਠੀਆਂ ਹੋ ਜਾਂਦੀਆਂ ਨੇ ਜੋ ਕਿ ਆਪਾਂ ਖੇਤਾਂ ਦੇ ਵਿੱਚ ਪਾਉਂਦੇ ਆ ਤੇ ਜੋ ਮਿੱਟੀ ਦੀ ਤਾਕਤਵਰਦੀ ਤੇ ਖਰਚਾ ਘਟਦਾ ਵਾ ਜਿਹੜੀ ਆਪਾਂ ਕਿ ਬਾਹਰੋਂ ਖਾਦਾਂ ਲੈ ਕੇ ਪਾਉਂਦੇ ਆ ਤੇ ਪੈਦਾਵਾਰ ਵੀ ਕਣਕ ਝੋਨੇ ਦੀ ਵੱਧ ਹੁੰਦੀ ਹੈ ਸੋ ਇਹ ਕੁਦਰਤ ਦਾ ਰੰਗ ਵੇਖੋ ਇੱਕ ਸਰਕਲ ਵਾਂਗੂ ਕਿਵੇਂ ਕੰਮ ਕਰਦਾ ਵਾ ਤੇ ਇਸ ਬਰਸਨ ਦੇ ਵਿੱਚ ਕੁਝ ਦੇਸੀ ਸਾਗ ਵੀ ਛੁੱਟਿਆ ਹੈ ਤੇ ਉਹ ਵੀ ਕਰਦੀ ਸੌਦੀ ਦਾ ਡੰਗ ਕੁਝ ਵਟਾਂ ਤੇ ਗੋਂਗਲੂ ਮੋਲੀਆਂ ਵੀ ਸੁੱਟੇ ਨੇ ਤੇ ਉਹ ਵੀ ਕਰਦੀ ਸਾਉਜੀ ਦਾ ਡੰਗ ਟਪਾਉਣਗੇ ਤੇ ਜਿਵੇਂ ਕਿ ਤੁਹਾਨੂੰ ਪਤਾ ਇਹ ਕਣਕ ਝੋਨੇ ਦਾ ਕਣਕ ਤਾਂ ਕੰਮ ਬਸ ਬੀਜੇ ਤੋਂ ਬਾਅਦ ਖਤਮੀ ਨਾ ਮਾਤਰੀ ਰਹਿ ਜਾਂਦਾ ਵਾ ਤੇ ਝੋਨੇ ਚ ਕਿ 2 ਮਹੀਨਾ ਝੋਨੇ ਲਾਇਆ ਜਾਂਦਾ ਤੇ ਬਾਅਦ ਚ 8-9 ਮਹੀਨੇ ਅਲਸੀਆਲ ਦੇ ਸਾਲ ਦੇ ਇੱਕ ਵਿੱਚ ਵਿਲੇ ਹੁੰਦੇ ਨੇ ਸੋ ਤੇ ਨਾਲ ਇਹ ਸਾਈਕ ਕੀਤਾ ਰੱਖਿਆ ਵਾ ਦੁੱਧ ਦਾ ਕੀ ਇਹ ਨਾਲ ਚੱਲਦਾ ਰਹਿੰਦਾ ਵਾ ਤੇ ਸ਼ਾਮ ਸਵੇਰੇ ਘੰਟਾ ਉਸ ਵੇਲੇ ਘੰਟਾ ਉਸ ਵੇਲੇ ਜ਼ਿਆਦਾ ਕੰਮ ਹੁੰਦਾ ਬਾਅਦ ਚ ਮਤਲਬ ਵੇਲੇਆਂ ਵਾਲਾ ਹੀ ਹਿਸਾਬ ਪੈਂਦਾ ਵਾ ਸੋ ਫਾਇਦੇਮੰਦ ਵਾ ਕਿ ਖੇਤੀ ਦੇ ਨਾਲ ਇੱਕ ਸਾਈਕ ਕੀਤਾ ਵਾ ਹੁਣਾ ਵੀ ਸੋ ਆਪਾਂ ਤੇ ਪਸ਼ੂ ਪਾਲਣ ਕਰ ਰੱਖੇ ਨੇ ਤੁਸੀਂ ਮੇਰੀ ਪਹਿਲੂ ਵੀਡੀਓ ਵੇਖ ਸਕਦੇ ਹੋ ਕਿ ਮੈਂ ਕਣਕ ਝੋਨੇ ਦੇ ਨਾਲ ਕਿ ਪਸ਼ੂਆਂ ਦੀਆਂ ਵੀਡੀਓ ਵੀ ਸਾਂਝੀਆਂ ਕੀਤੀਆਂ ਨੇ ਸੋ ਤੁਹਾਨੂੰ ਧੰਨਵਾਦ ਤੁਹਾਡਾ ਵੀਡੀਓ ਵੇਖਣ ਦੇ ਲਈ